गाइस हम लोग आ गए थे घर वापस गेड़ी लूट से भी और खा पी के भी। और एक्चुअली प्लान पहले सोफिया ने बनाया था कि हम उनके घर जाएंगे, बस यहाँ उल्टा हो गया। अभी सोफिया और गुरिंदर यहाँ पर आए हैं और हम थोड़ी देर में करेंगे डिनर। अभी स्नैक्स वगैरह ऑर्डर किए हैं, सो क्या क्या ऑर्डर किया। ओ अच्छा, ये आयदा जोड़ी है ना, कहले ना जोड़ी आप ही नहीं सोने नु कितने लाना आ सारे उन जो बॉक्सेस है ना चिनु सारे सुटा हो यार हम कोई यूज नहीं होगा। हाँ कल और कहूंगी आ भी जड़ी फोटोज पे हैं फ्रेम में भी लगवाओ यार चंगा नहीं लगता। चलो चिंपी डिड यू मिस मनहीर, हम 4 घंटे गायब थे हैं। कभी कभी मेरे मन में ख्याल आता है कि जैसे तुझको बनाया गया मेरे लिए, कि जनाया गया मेरे लिए, तू अब से पहले सितारों में बस रही थी कहीं, तुझे जमीन पे बुलाया गया मेरे लिए, तुझे जमीन पे बुलाया गया मेरे लिए, कभी कभी मेरे दिल में ओ मेरे बेटे भोलू लाल, ओ मेरे प्यारे बेटे भोलू लाल, ओ मेरे बेटे भोलू लाल, ओ मेरे प्यारे बेटे भोलू लाल, ओ ओ So guys, रात के 11:30 हो गए हैं। ट्यूनिंग द गिटार। और ये आदमी देखो, इस आदमी को सीरियल सीरियल अंदर से कुछ गोता लेने के लिए एक्टिंग की होगा। सुनो ना, सनसनी खेसी क्या सनसनी, गौर से देखो, गौर से देखो इस आदमी को। रात के 11:30 क्या कर रहे बताओ। What are you doing? I'm tuning up my guitar with this app. ਜੇ ਆਪਾਂ ਨੂੰ ਇੱਥੇ ਪੰਜਾਬ 'ਚ 6 ਮਹੀਨੇ ਹੋ ਗਏ ਆ, ਹੁਣ ਜਾਣ ਤੋਂ ਪਹਿਲਾਂ ਤੁਹਾਨੂੰ ਗਿਟਾਰ ਦੀ ਯਾਦ ਆ ਗਈ। Oh my God, so serious. ਤਾਨਾ ਬਾਨਾ The next day. Hello guys, welcome back to our channel. मेरा ब्लॉग शुरू हो रहा है जी 7:30 बजे, क्योंकि गेस्ट आ रहे थे घर पे, बेबी में बिजी चल रहा है। मैंने सोचा चलो अभी कर लेती हूँ, क्योंकि मैं अभी मनीर को सुला रही हूँ और इसको आजकल पता नहीं क्या है, जब से प्रैम की आदत पड़ी है ना, 2 चक्कर में चिनू सो जाती है। मुझे है ना, तो मुझे लगता है कि चलो प्रैम में मैं 2-3 दिन ना बाहर भी इसको घुमा रही थी, पर 2 ही चक्कर लगाए सो गई। मतलब ये इसका अच्छा तरीका हमने ढूंढा कि प्रैम पे अभी सो जाती है, तो मैं इसको भी घर के 2 चक्कर लगवाने जा रही हूँ और इसको सुला दूँ। हूँ भी सो जाएगी। हाँ वो लग रहा है, दूध पीते थोड़ी क्या है, वही हुई है ना, आधी नींद चाहिए। बाय सॉरी, हमारा फर्स्ट राउंड हो गया कम्प्लीट। 50% स्लीप। ਇਹਦੀ ਸ਼ਗਲ ਦੀ ਫੋਟੋ ਲਿਓ, ਮੈਂ ਨਾ ਜਦ ਵੱਡੀ ਹੋ ਕੇ ਦਿਖਾਉਂਗੀ ਕਿ ਕਿੱਦਾਂ ਮੂੰਹ ਕਰਕੇ ਹੁੰਦੀ ਜਾਂਦੀ ਹੈ। ਓ ਜਗਾ ਦੀ ਯਾਰ, ਜਗਾ ਦੀ। ਚਲ ਇੱਕ ਵਾਰ ਮਾਰ, ਇੱਕ ਵਾਰ ਮਾਰ ਕੇ ਆ, ਲੈਟਸ ਗੋ ਜੀ। ਸੋ ਜੀ ਅੱਜ ਚੱਲ ਰਿਹਾ ਬਹੁਤ ਸੁਸਤ ਦਿਨ, ਸੁਸਤ ਨਹੀਂ ਮਤਲਬ ਸਵੇਰ ਦੇ ਕੁਝ ਗੈਸ ਗੁੱਸ ਆ ਗਏ ਸੀਗੇ ਤੇ ਉਹਨਾਂ ਨੂੰ ਅਟੈਂਡ ਅਟੁੰਡ ਕਰਦੇ ਰਹੇ, फिर हम शाम हो गई 7:30 हो गए हैं। दोपहर अं सौ गए थे, मैं मनीर में सौंदे सौंदे आप ही सौ जाना ही,
ਉਹਨੂੰ ਸੁਹਾਣਾ ਇੱਥੇ ਰੱਖ ਲੈਣਾ ਛਾਤੀ 'ਤੇ, ਉਹ ਸੁਣਦੀ ਉਹਦੇ ਨਾਲ ਮੈਨੂੰ ਵੀ ਨੀਂਦ ਆ ਜਾਂਦੀ। ਅਤੇ ਅੱਜ ਵਰਕਆਊਟ ਵੀ ਮਿਸ ਹੋ ਗਿਆ, ਮਿਸ ਨਹੀਂ ਮੈਂ ਐਕਚੁਲੀ ਸਟ੍ਰੈਟੇਜਿਕਲੀ ਛੱਡਿਆ, ਕਿਉਂਕਿ ਮੈਂ ਹਫ਼ਤੇ 'ਚ 2 ਦਿਨ ਬ੍ਰੇਕ ਲੈਂਦਾ ਹੁੰਦਾ ਬੇਸਿਕਲੀ, ਪਰ ਮੇਰਾ ਬ੍ਰੇਕ ਮੋਸਟਲੀ ਹੋਤਾ ਹੈ ਜਾ ਕੇ ਥਰਸਡੇ ਔਰ ਸੈਟਰਡੇ। ਫਿਰ ਮੈਨੂੰ ਲੱਗਾ ਯਾਰ ਦਿਨ ਵਿੱਚ ਮੈਂ ਬਹੁਤ ਕੰਮ ਰਹਿ ਜਾਂਦਾ ਕਿ ਬ੍ਰੇਕ ਮੈਂ ਲੈਤਾ ਹੂੰ ਵੈਡਨਸਡੇ, ਅਤੇ ਫਿਰ ਬਸ ਥਰਸਡੇ ਫਰਾਈਡੇ ਸੈਟਰਡੇ 3 ਦਿਨ ਪ੍ਰੋਪਰ ਹੂੰ ਵਰਕਆਊਟ ਕਰਨ। ਮੰਡੇ ਔਰ ਟਿਊਜ਼ਡੇ ਹੋ ਗਿਆ, ਫਿਰ ਥਰਸਡੇ ਕੋ ਬ੍ਰੇਕ ਲੈ ਲਿਆ, ਫਿਰ ਫਰਾਈਡੇ ਸੈਟਰਡੇ ਐਸੇ ਹੋ ਗਿਆ ਨਾ, ਸੋਰੀ ਮੰਡੇ ਟਿਊਜ਼ਡੇ ਕਰ ਲਿਆ, ਵੈਡਨਸਡੇ ਕੋ ਬ੍ਰੇਕ ਲੈ ਲਿਆ, ਥਰਸਡੇ ਫਰਾਈਡੇ ਸੈਟਰਡੇ। ਸੋ ਦਿਸ ਇਜ਼ ਦੀ ਸੀਨ। ਲਓ ਜੀ ਭੋਲੂ ਲਾਲ ਇਜ਼ ਸਲੀਪ। ਲੋ ਹਾਂ ਸੌਂ, ਥੋੜ੍ਹੀ ਦੇਰ ਇੱਕ ਚੱਕਰ ਹੋਰ ਲਵਾ ਲਿਆ, ਉਹਦੀ ਨੀਂਦ ਗਹਿਰੀ ਹੋ ਲੈਂਦੇ। The next day. ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਬੈਕ ਟੂ ਆਰ ਚੈਨਲ। ਸੋ ਜੀ ਅੱਜ ਹੈਗਾ ਫੁੱਲ ਔਨ ਪਲੈਨ। ਪਲੈਨ ਕੀ ਹੈ ਕਿ ਅੱਜ ਆ ਰਿਹਾ ਨਿਸ਼ਚੇ, ਉੱਧਰੋਂ ਆ ਰਿਹਾ ਵਿੱਕੀ, ਅਤੇ ਨਿਸ਼ਚੇ ਅਤੇ ਕੰਚਨ ਆਉਣਗੇ, ਸੋਰੀ ਨਿਸ਼ਚੇ ਆਊਗਾ, ਉੱਧਰੋਂ ਵਿੱਕੀ ਅਤੇ ਕੰਚਨ ਆਉਣਗੇ, ਅਤੇ ਇੱਧਰੋਂ ਤਿਆਰੀ ਮੈਂ ਅਮਨ ਅਤੇ ਰੋਬੀ ਵੀ ਆਏਗਾ, ਅਤੇ ਸ਼ਾਮ ਨੂੰ ਕਰਾਂਗੇ ਛੋਟੀ ਜਿਹੀ ਪਾਰਟੀ ਗੈਟ ਟੂਗੈਦਰ, ਐਂਡ ਫਿਰ ਇਹਦਾ ਸਿੱਧਿਆਂ ਦਾ ਮੱਥਾ ਟਿਕਾ ਕੇ ਲਿਆਉਣਾ। ਪਹਿਲਾਂ ਆਪਾਂ ਜਾਵਾਂਗੇ ਦੁੱਖ ਨਿਵਾਰਨ ਸਾਹਿਬ, ਫਿਰ ਆਪਾਂ ਜਾਵਾਂਗੇ ਕਾਲੀ ਮਾਤਾ ਦੇ ਮੰਦਿਰ, ਪਰ ਉਸ ਤੋਂ ਪਹਿਲਾਂ ਆਪਾਂ ਜਾਵਾਂਗੇ ਇੱਥੇ ਫਾਰਮ 'ਤੇ, ਸਾਡੇ ਦਾਦੀ ਸਮਾਧ ਹੈਗੀ ਉੱਥੇ ਮੱਥਾ ਟਿਕਾ ਕੇ, ਫਿਰ ਇਹ ਬਾਕੀ 2 ਥਾਵਾਂ 'ਤੇ ਇਹਨਾਂ ਨੂੰ ਆਪਾਂ ਮੱਥਾ ਟਿਕਾਵਾਂਗੇ। ਸੋ ਬਹੁਤ ਸਾਰੇ ਕੰਮ ਹੈ, ਵੀ ਆਰ ਗੇਟ ਅਪ, ਵੀ ਆਰ ਰੈਡੀ ਐਂਡ ਲੈਟਸ ਟਾਕ। ਮਾਈ ਗੋਡ, ਵਿੱਕੀ ਵੀਰ ਜੀ ਆ ਗਏ ਨੇ। ਮੰਨਦੇ ਹੋ ਫਿਰ ਪ੍ਰੋਫੈਸ਼ਨੈਲਿਟੀ? ਮੈਂ ਕਿਹਾ ਸੀਸੀਟੀਵੀ ਕਿਵੇਂ ਹੋਇਆ? ਦੇਖ ਰਹੀ ਹੈ ਫੋਨ ਤੇ ਸੀਗਾ ਸਾਹਮਣੇ। ਮਾਈ ਗੋਡ, ਮਾਮੇ ਨੂੰ ਪਹਿਚਾਣ ਗਈ, ਖਿਲਾ ਨਹੀਂ ਰਿਹਾ ਤੂੰ ਕਿਉਂ? ਇਹ ਤਾਂ ਤੂੰ ਆਪਦੀ ਚ ਪਾ, ਮੈਂ ਤਾਂ ਬਹੁਤ ਪਾਇਆ। ਹੈਲੋ ਜੀ, ਹੈਲੋ ਜੀ, ਸਤਿ ਸ਼੍ਰੀ ਅਕਾਲ, ਵੈਲਕਮ ਬੈਕ ਟੂ ਆਰ ਚੈਨਲ। 4:15 ਹੋ ਚੁੱਕੇ ਹੈ, ਵਿੱਕੀ ਔਰ ਕੰਚਨ ਆ ਚੁੱਕੇ ਹੈ, ਔਰ ਮਨੀਰ ਜੋ ਮਸਤ ਹੋਈ ਉਨਕੇ ਸਾਥ, ਆਵਾਜ਼ਾਂ ਸੁਣ ਰਹੀ ਹੋਗੀ ਆਪ ਲੋਗੋਂ ਕੋ, ਮਤਲਬ ਉਹ ਇਤਨੀ ਐਕਸਾਈਟਿਡ ਹੋ ਗਈ ਹੈ ਵਿੱਕੀ ਕੰਚਨ ਨੂੰ ਦੇਖ ਕੇ ਕਿ ਪੁੱਛੋ ਮਤ। ਵੋ ਇਸਕੇ ਚਾਦਰ ਕੇ ਲਗੇ ਹੋਏ, ਲੜਾਈ ਨਹੀਂ ਕਰ ਰਹੀ, ਉਹ ਪਿਆਰ ਕਰ ਰਹੀ ਹੈ। ਪਹਿਚਾਨ ਆ ਗਈ, ਪਹਿਚਾਨ ਆ ਗਈ, ਹਾਂ ਪਹਿਚਾਣ ਆ ਗਈ ਕਿ ਮੈਂ ਮਾਮਾ ਨਾਲ ਲੜਾਈ ਆ।
यूटिंग अभी से यूटिंग बाबू अभी से यूटिंग बड़े के मां मेरे सिर पे बंदूक रखे तो सारी मोटे पे रख के बंदूक चलाया करेंगी तू मेनू पता एक गल दस तू आया तू मेनू मिलया ओहो ओए 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 माय गॉड ये पेन उठा लूं इसको क्या हां उठा ले ये देख लो जी मिला भी नहीं मुझसे आके आई वाज बिजी यार आई नो ये देखो मम्मी और मम्मा ये तो रोल लग गई इसको अभी भूख लग रही है जटा का छोरा हरियाणवी हरियाणवी तेरे पिंड तो आई हेलो खाना खा लिया तुम लोगों ने नानके भी हरियाणवी भी है खाना खा लिया तेरा लग रहा है सुनी खा ले हाँ मैं खा लूँगी क्या प्लान जाएंगे पार्टी शादी कैसे स्माइल करता है यार है ना क्यूट है वेरी क्यूट सो गाइस यहां पर दो फ्यूचर मॉम डैड की हो रही है ट्रेनिंग दो दो बच्चों को लेके लगे हुए हैं हमारी हर तरह की ट्रेनिंग हो चुकी है एक्चुअली अगर हमारा एक बेबी हो उसके तो पहले कर चुके हैं अब दो दो एक साथ हो और अगर आप लोगों को भी चाहिए कि आपके घर आके बच्चों को हंसाए तो कॉन्टेक्ट मी मतलब किसी भी बच्चे को हंसा देंगे नया प्रोफेशन अपनी उंगली देख लग जाती है दीदी क्या God bless you, Shane. God bless you. God bless you. Yes, in the name. मैं लगता सारे जवाक आजी हंसते ने सानू देख के फिर आई है ना जो जोकर मामा आंदा था है सांदा शट अप ਕੀ ਕਹਿੰਦੇ ਮੈਨੂੰ ਐਂ ਹੋ ਜਾਂਦਾ ਸੋਨੀ ਐਂ ਜਿਵੇਂ ਆਪਾਂ ਨੂੰ ਵੀ ਨਹੀਂ ਹੁੰਦਾ ਸੀਗਾ ਮਾਂ ਪਿਓ ਨਾਲ ਬੋਰਡ ਚ ਜਾਂਦੇ ਸੀ ਕੋਈ ਰਿਸ਼ਤੇਦਾਰ ਹੁੰਦਾ ਸੀ ਆਉਂਦਾ ਸੀਗਾ ਹਾਂ ਮਾਮਾ ਆ ਰਿਹਾ ਮਾਮਾ ਆ ਰਿਹਾ ਐਕਸਾਈਟਮੈਂਟ ਕਿਹਦੇ ਨਿਆ ਫੇਸ ਦੇਖਿਆ ਹੈ ਨਿਊ ਫੇਸ ਬੱਚਾ ਕੋ ਨਾ ਨਏ ਨਏ ਫੇਸ ਦਿਖਾ ਦੇ ਸੋ ਕੰਚਨ ਇਸ ਟ੍ਰਾਈਂਗ ਬਟ ਬੱਚੇ ਮੈਂ ਉਹ એનર્ਜੀ ਨਹੀਂ ਡਾਲ ਪਾ ਰਹੇ ਤੂੰ ਉਹ ਬੱਚੇ ਮੈਂ ਜੋਸ਼ ਨਹੀਂ ਡਾਲ ਪਾ ਰਹੇ ਹਾਂਜੀ ਆਈ ਐਮ ਬੈਕ ਹੈਲੋ ਇੱਧਰ ਦੇਖਾ बहुत ज्यादा